ਅਸਲਾਮ ਵਾਲੇਕੁਮ ਹਾਂਜੀ ਦੋਸਤੋ ਕੀ ਹਾਲ ਚਾਲ ਆ ਮੈਂ ਵਾ ਡਾਡਾ ਆਪਣਾ ਅਬਦੁਰਹਿਮਾਨ ਤੇ ਕਰਦੇ ਆ ਅੱਜ ਦਾ ਮਿਨੀ ਵਲੌਗ ਸਟਾਰਟ ਮੈਂ ਆਇਆ ਹਾਂ ਆਵਾ ਜੀ ਸੇਮ ਨਹਿਰ ਦੇ ਉੱਤੇ ਪੁਲ ਦੇ ਉੱਤੇ ਖੜੋਤਾ ਵਾ ਸੇਮ ਨਹਿਰ ਦੇ ਉੱਤੇ ਆਹ ਕੋ ਥੱਲੇ ਜਾਂਦਾ ਵਾ ਪੁਲ ਦੇ ਥੱਲੇ ਉਹਦੀ ਪਾਣੀ ਗੁਜ਼ਰ ਕੇ ਜਾਂਦਾ ਵਾ ਤੇ ਆ ਕਾਫੀ ਮਾਸ਼ਾਅੱਲਾਹਨਾ ਵੱਡੀ ਪੁਲ ਬਣੀ ਹੋਈ ਆ ਇਹ ਸਾਰੇ ਗਾਮ ਤੋਂ ਅੱਗੇ ਆ ਨਿਕਲ ਕੇ ਆਉਂਦੀ ਤੇ ਇੱਥੇ ਆਹ ਕੋ ਸਾਡੀ ਜਾਂਦੀ ਸੇਮ ਨਹਿਰ ਸੱਤੇ ਗਾਮ ਨੂੰ ਤੇ ਜਾਣਦੇ ਆ ਜੀ ਆਪਣੀ ਬਾਈਕ ਦੇ ਕੋਲ ਅਸੀਂ ਚੱਲੇ ਆਂ ਸ਼ਹਿਰ ਤੁਸੀਂ ਦੇਖ ਸਕਦੇ ਆਂ ਨਾ ਤੋ ਕਿਸੇ ਰਾਈਡੀ ਹੋ ਗਏ ਆਂ ਤੇ ਮੈਂ ਕਿਹਾ ਹੁਣ ਜਾਈਏ ਆਪਣੇ ਸ਼ਹਿਰ ਚ ਜਾ ਕੋਈ ਸਮਾਨ ਲੈਣਾ ਉਹ ਲੈ ਆਈਏ ਜਾ ਕੇ ਤੇ ਗਰਮੀ ਨਹੀਂ ਨਾ ਹੋਵੇ ਗਰਮੀ ਹੁਣ ਦੁਪਹਿਰ ਪਹਿਲੇ ਪਹਿਲੇ ਆਪਣਾ ਸਮਾਨ ਲੈ ਆਈਏ ਸਾਰਾ ਤੁਸੀਂ ਦੇਖ ਸਕਦੇ ਆਂ ਬਾਈਕ ਦੇ ਕੋਲ ਪਹੁੰਚ ਚੁੱਕੇ ਆਂ ਅਸੀਂ ਤੇ ਆਹ ਵੇਖੋ ਸਾਰਾ گاਉਂ ਜੀ ਸਾਡਾ ਵੀਰ ਹੁਣ ਪਹੁੰਚ ਚੁੱਕੇ ਆਂ ਜੀ ਅਸੀਂ ਪਰਚੂਨ ਵਾਲੀ ਦੁਕਾਨ ਤੇ ਤੇ ਇੱਥੋਂ ਲੈਣਾ ਸੀਗਾ ਸਮਾਨ ਪਰਚੂਨ ਵਾਲੀ ਦੁਕਾਨ ਤੋਂ ਅਸੀਂ ਲੈਣਾ ਸੀਗੇ ਜੀ ਚਾਵਲ ਤੇ ਮੈਂ ਕਿਹਾ ਸਭ ਤੋਂ ਪਹਿਲੇ ਜਾ ਕੇ ਲਈਏ ਚਾਵਲ ਤੇ ਫੇਰ ਜਿਹੜਾ ਦੂਸਰਾ ਸਮਾਨ ਲੈਣਾ ਉਹ ਲਈਏ ਜਾ ਕੇ ਤੇ ਚਾਵਲਾਂ ਦੇ ਰੇਟ ਮੈਂ ਪੁੱਛਦਾ ਪਿਆ ਸੀਗਾ ਚਾਵਲ ਸਾਨੂੰ ਲੱਭੇ ਆ ਅੱਛੇ ਤੋਂ ਅੱਛੇ ਜੜੇ ਆ 350 ਰੁਪਏ ਕਿਲੋ ਆ ਹੋ ਤੇ ਮੈਂ ਲਾਇਆ ਹੋ 1.5-2 ਕਿਲੋ ਲਾਇਆ ਆ ਤੁਸੀਂ ਵੇਖ ਸਕਦੇ ਆ ਵੀ ਉਹ ਚਾਵਲ ਲੈ ਲਏ ਅਸੀਂ ਉਹ ਨਾਲ ਦੁਕਾਨ ਦੇ ਉਤੋਂ ਆ ਸਾਰਾ ਮਸ਼ਹੂਰ ਸਮਾਨ ਭਰੀ ਹੋਈ ਹੈ ਦੁਕਾਨ ਉਹ ਵੱਡੀ ਹੈ ਸਾਡੇ ਦੋ ਦੋੜ ਸ਼ਹਿਰ ਦੇ ਵਿੱਚ ਤੇ ਹੁਣ ਮੈਂ ਕਿ ਸਾਮਾਨ ਚਾਵਲ ਲੈਣਦੇ ਆ ਕੋ ਤੁਸੀਂ ਵੇਖ ਸਕਦੇ 1.5 2 ਕਿਲੋ ਲੈ ਚਾਵਲ ਥੈਲੀ ਚ ਪਾ ਕੇ ਦੇਣਦੇ ਉਹ ਨਾਲ ਲੈ ਲਈਆਂ ਹਾਂਜੀ ਵੀਰ ਚਾਵਲ ਲੈ ਲਏ ਅਸੀਂ ਆਵੇ ਕੋ ਤੁਸੀਂ ਵੇਖ ਸਕਦੇ ਆ ਚਾਵਲ ਲੈ ਲਏ ਤੇ ਹੁਣ ਮੈਂ ਕਿ ਜਾ ਕੇ ਜਿਹੜਾ ਦੂਸਰਾ ਸਾਮਾਨ ਲੈਣਾ ਉਹ ਲੈ ਲਈਆਂ ਜਾ ਕੇ ਵੀਰ ਅਸੀਂ ਪਹੁੰਚ ਚੁੱਕੇ ਹਾਂ ਜੀ ਹੁਣ ਸਬਜ਼ੀ ਵਾਲੀ ਦੁਕਾਨ ਤੇ ਮੈਂ ਕਿ ਆ ਚਾਵਲ ਲੈ ਲਏ ਸੀ ਤੇ ਹੁਣ ਇੱਥੋਂ ਲੈਣਾ ਸੀ ਮਸਾਲਾ ਵਗੈਰਾ ਮੈਂ ਕਿ ਮਸਾਲਾ ਵਗੈਰਾ ਬਣਾ ਲਈਆਂ ਕਿਉਂਕਿ ਚਾਵਲਾਂ ਦੇ ਵਿੱਚ ਨਾ ਉਹ ਮਸਾਲੇ ਜ਼ਰੂਰਤ ਹੁੰਦੀ ਹੁੰਦੀ ਹੈ ਟਮਾਟਰ ਵਗੈਰਾ ਮੈਂ ਲੈ ਆਈਏ ਤੇ ਹੋਰ ਜੋ ਵੀ ਲੈਣਾ ਉਹ ਲੈ ਲੈਨੇ ਆ ਤੁਸੀਂ ਦੇਖ ਸਕਦੇ ਆ ਇੱਥੇ ਖੜੋਤੇ ਆ ਜਿਸ ਇਹ ਸਬਜ਼ੀ ਵਾਲੀ ਦੁਕਾਨ ਦੇ ਉੱਤੇ ਸਾਰੀਆਂ ਮਸਾਲਾ ਸਬਜ਼ੀਆਂ ਪਈਆਂ ਹੋਆਂ ਇੱਥੇ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਪਈਆਂ ਹੋ ਸਾਰੀਆਂ ਵੀਵਰ ਸਬਜ਼ੀ ਲੈਣਾ ਸੀਗਾ ਮਸਾਲਾ ਉਹ ਲੈ ਲਿਆ ਵਾ ਤੇ ਹੁਣ ਆ ਤੁਸੀਂ ਦੇਖ ਸਕਦੇ ਮੋਟਰਸਾਈਕਲ ਦੇ ਨਾਲ ਡੰਡੇ ਦੇ ਨਾਲ ਡੰਗਦੇ ਪਏ ਆ ਸਾਡਾ ਭਰਾ ਪਹੁੰਚ ਚੁੱਕਿਆ ਵਾ ਜੀ ਇੱਥੇ ਮਠਿਆਈ ਵਾਲੀ ਦੁਕਾਨ ਤੇ ਉੱਤੇ ਮਠਿਆਈ ਦੇ ਥੋੜੇ ਸੀ ਲੈਣੇ ਸੀ ਰਸਗੁਲਾ ਵਗੈਰੇ ਰਸਗੁਲੇ ਵਗੈਰੇ ਲੈਣੇ ਸੀ ਤੇ ਹੋਰ ਉਹ ਲੈਣੀ ਸੀ ਕੋਈ ਬਰਫੀ ਵਗਾਰ ਲੈਣੀ ਸੀ ਅਸੀਂ ਕਿਆ ਲੈ ਲਈਏ ਤੁਸੀਂ ਵੇਖ ਸਕਦੇ ਆ ਮਾਸ਼ੱਲਾ ਕਿద్ది ਗਰੀ ਸੁਖੂਬਸੁਰਤ ਇੱਥੇ ਮਠਿਆਈ ਪਈ ਆ ਸਾਰੀ ਤੁਹਾਨੂੰ ਲੱਗੂਗੀ ਜਲੇਬੀ ਪਈ ਆ ਪਰਾ ਬੂੰਦੀ ਪਈ ਆ ਮਾਸ਼ੱਲਾ ਤੁਸੀਂ ਵੇਖ ਸਕਦੇ ਆ ਬੜੀ ਖੂਬਸੂਰਤ ਥੱਲੇ ਬੋਤਲਾਂ ਪਈਆਂ ਵਾ ਤੇ ਹੁਣ ਪਹੁੰਚ ਗਏ ਅਸੀਂ ਗਾਉਂ ਦੇ ਸਮਾਂ ਕਿ ਇੱਕ ਵਾਰ ਗਾਉਂ ਦਾ ਸਰ ਤੱਕਲੇਪ ਲੈ ਲਈਏ ਨਾਲ ਹਾਂਜੀ ਵੀਵਰ ਆਈ ਸੀਗਾ ਅੱਜ ਦਾ ਸਾਡਾ ਵਲੌਗ ਤੇ ਸਾਨੂੰ ਦੋ ਇਜਾਜ਼ਤ ਦਿਵਾਵਾ ਚ ਯਾਦ ਰੱਖਿਓ ਆਪਣੇ ਭਰਾ ਨੂੰ ਤੇ ਆਪਾਂ ਮਿਲਦੇ ਆਂ ਅਗਲੇ ਵਲੌਗ ਚ ਤੇ ਅੱਲਾਹ ਹਾਫਿ ਸ਼ੁਕਰੀਆ ਬਾਏ ਤੇ ਮੈਂ ਵੇਖਦਾ ਮੈਂ ਅਸੀ ਮੈਂ ਕਿਹਾ گاਉਂ ਨੂੰ ਵੇਖਾਂ ਮਾਸ਼ੱਲਾ ਨਾ گاਉਂ ਨੂੰ ਸੰਸਾਰ ਲੱਗੀ ਪਈ ਸੀ ਕਿਉਂਕਿ ਅੱਜ ਦੁਪਹਿਰ ਗਰਮੀ ਹੋ ਗਈ ਆ ਜਦੋਂ ਮੈਂ ਗਿਆ ਸੀਗਾ ਤੇ ਉਦੋਂ ਮਤਲਬ ਸਵੇਰ ਸੀ ਤੇ ਹੁਣ ਗਰਮੀ ਹੋ ਗਈ ਆ ਤੇ ਮਿਲਦੇ ਆਂ ਅਗਲੇ ਵਲੌਗ ਚ